ਓਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗਰੇਟ ਵਈ ਦੁਨੀਆਂ ਦਾ ਆਪਣਾ ਅਜੂਬਾ ਲੱਗਦਾ ਕਾਲਜ ਦਾ ਗੇਟ ਵਈ ਮੈਸ ਵਾਲਾ ਫੂੜਿਆ ਅੰਕਲ ਜੀ ਰੂੜਿਆ ਫਿਰ ਵੀ ਯਾਰਾਂ ਦਾ ਪੋਜ਼ਿਟਿਵ ਐਟੀਟਿਊਡ ਆ ਉਹ ਦਾਰੂ ਨਾਲ ਪਰੌਂਠੇ ਖਾਕਾ ਵਧੀ ਜਾਂਦਾ ਆ ਮਿੱਤਰਾਂ ਦਾ ਪੇਟ ਵਈ ਓਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗਰੇਟ ਵਈ ਤੁਹਾਨੂੰ ਪਤਾ ਨਹੀਂ ਸ਼ਾਇਦ ਅੰਦਰ ਦੀ ਗੱਲ ਆ ਮੈਂ ਤੁਹਾਨੂੰ ਦੱਸਦਾ ਇਹਦੇ 25-30 ਟ੍ਰੇਲਰ ਬਣੇ ਸੀਗੇ ਕੁੜੀਆਂ ਲਈ ਵਾਲ ਕਟਾਉਣਾ ਤੁਹਾਨੂੰ ਪਤਾ ਹੀ ਆ ਹਨਾ ਮਤਲਬ ਮੇਰੀ ਵੋਟੀ ਇੱਥੋਂ ਹੀ ਰੋਂਦੀ ਰਹਿੰਦੀ ਮੇਰੇ ਵਾਲ ਨਹੀਂ ਵੱਧਦੇ ਮੇਰੇ ਵਾਲ ਨਹੀਂ ਵੱਧਦੇ ਨਾਲੇ ਮੇਰੇ ਲਾਈਫ ਦਾ ਇੱਕ ਹੀ ਫੰਡਾ ਜਦ ਪਿਆਰ ਕੀਆ ਤਾਂ ਡਰਨਾ ਕਿਆ ਸੋ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਯਾਨੀ ਕਿ ਡੇਜ਼ੀ ਗਰਲ ਦੇ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਜੀ ਜਦੋਂ ਆਪਾਂ ਨੂੰ ਬਹੁਤ ਇੱਕ ਚੀਜ਼ ਪਸੰਦ ਆ ਜਾਂਦੀ ਹੈ ਨਾ ਤਾਂ ਉਹਦਾ ਇੱਕ ਫਿਰ ਆਪਾਂ ਸੀਕੁਅਲ ਲੈ ਕੇ ਆਉਂਦੇ ਹਾਂ ਮਾਰਕੀਟ ਦੇ ਵਿੱਚ ਤਾਂ ਇਹੋ ਜਿਹੀ ਇੱਕ ਪਿਕਚਰ ਜਿਹੜੀ ਅਸੀਂ 10 ਸਾਲ ਪਹਿਲਾਂ ਇੱਕ ਯਾਰ ਅਨਮੋਲੇ ਆਈ ਸੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਯਾਰ ਅਨਮੋਲੇ ਰਿਟਰਨਸ ਆ ਰਹੀ ਹੈ ਅਤੇ ਹਾਂਜੀ ਸਟਾਰਕਾਸਟ ਦੀ ਆਪਾਂ ਗੱਲ ਕਰੀਏ ਪ੍ਰਭਗਿੱਲ ਯੁਵਰਾਜ ਹੰਸ ਐਂਡ ਹਰੀਸ਼ ਵਰਮਾ ਪ੍ਰਭਗਿੱਲ ਦਾ ਇਸ ਪਿਕਚਰ ਦੇ ਵਿੱਚ ਡੈਬਿਊ ਹੋਣ ਵਾਲਾ ਤਾਂ ਮੈਨੂੰ ਲੱਗਦਾ ਬਹੁਤ ਕੁਛ ਨਵਾਂ ਹੋਣ ਵਾਲਾ ਤਾਂ ਉਸ ਤੋਂ ਬਾਅਦ ਜੇ ਆਪਾਂ ਫੀਮੇਲ ਸਟਾਰਕਾਸਟ ਦੀ ਗੱਲ ਕਰੀਏ ਇਟਸ ਅ ਕੋਂਬੀਨੇਸ਼ਨ ਆਫ ਹਿਮਾਚਲੀ ਹਰਿਆਣਵੀ ਐਂਡ ਪੰਜਾਬੀ ਕੁੜੀਆਂ ਅਤੇ ਮੈਨੂੰ ਲੱਗਦਾ ਕੁਛ ਨਵਾਂ ਅਤੇ ਕੁਛ ਧਮਾਕੇਦਾਰ ਮਸਾਲੇਦਾਰ ਹੋਣ ਵਾਲਾ ਸੋ ਜੀ ਗੱਲ ਹੋ ਰਹੀ ਹੈ ਇੱਥੇ ਯਾਰ ਅਨਮੋਲੇ ਦੀ ਅਤੇ ਯਾਰ ਅਨਮੋਲੇ ਰਿਟਰਨਸ ਦੀ ਤੋ ਜਿਹੜੀ ਚੀਜ਼ ਲੋਕਾਂ ਨੂੰ ਇੱਕ ਬਹੁਤ ਸਾਰੀ ਪਸੰਦ ਆ ਜਾਂਦੀ ਹੈ ਤਾਂ ਹੀ ਉਸ ਪਿਕਚਰ ਦਾ ਇੱਕ ਪਾਰਟ 2 ਜਾਂ ਫਿਰ ਰੀਮੇਕ ਜਾਂ ਫਿਰ ਉਹੀ ਜਿੱਦਾਂ ਯਾਰ ਅਨਮੋਲੇ ਰਿਟਰਨਸ ਸੀਕੁਅਲ ਬਣਦਾ ਤਾਂ ਯਾਰ ਅਨਮੋਲੇ ਰਿਟਰਨਸ ਦੇ ਹੀ ਲੀਡ ਐਕਟਰਸ ਦੇ ਵਿੱਚੋਂ ਸਾਡੇ ਨਾਲ ਇੱਕ ਹੈਗੇ ਆ ਜੀ ਯੁਵਰਾਜ ਹੰਸ ਸੋ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਸਰ ਯਾਰ ਅਨਮੋਲੇ ਰਿਟਰਨਸ ਆ ਰਹੀ ਹੈ ਆਪਣਾ ਤਾਂ ਮੈਨੂੰ ਆ ਦੱਸੋ ਯਾਰ ਅਨਮੋਲੇ ਰਿਟਰਨਸ ਦੇ ਵਿੱਚ ਸਾਨੂੰ ਇਹੋ ਜਿਹਾ ਕੀ ਦੇਖਣ ਨੂੰ ਮਿਲੇਗਾ ਯਾਰ ਅਨਮੋਲੇ ਦਾ ਇਹ ਰਿਕਾਰਡ ਤੋੜ ਪਾਏਗੀ ਪਹਿਲੇ ਵਾਲੇ ਯਾਰ ਅਨਮੋਲੇ ਦਾ ਦੇਖੋ ਇਹ ਤਾਂ ਆਲਰੇਡੀ ਤੁਸੀਂ ਪ੍ਰੈਸ਼ਰ 'ਚ ਪਾ ਰਹੇ ਹੋ ਯਾਰ ਅਨਮੋਲੇ ਦਾ ਰਿਕਾਰਡ ਦੇਖੋ ਕੋਈ ਰਿਕਾਰਡ ਤੋੜਨ ਦਾ ਕੰਪੀਟੀਸ਼ਨ ਹੈਗਾ ਸਾਡਾ ਸਾਨੂੰ ਇਹ ਸੀਗਾ ਕਿ ਮਤਲਬ ਉਹ ਦਰਸ਼ਕਾਂ ਨੂੰ ਉਸ ਤੋਂ ਵੱਧ ਪਸੰਦ ਆਏਗੀ ਕਿ ਇਹੋ ਜਿਹਾ ਕੀ ਲੈ ਕੇ ਆਇਆ ਮੈਂ ਉਹੀ ਦੱਸ ਰਿਹਾ ਕਿ ਉਹ ਜਿਹੜੀ ਮੂਵੀ ਸੀ ਉਹ ਐਕਸੈਪਸ਼ਨਲੀ ਗੁੱਡ ਸੀਗੀ ਉਹ ਅਨੁਰਾਗ ਭਾਜੀ ਨੇ ਬਣਾਈ ਸੀ ਐਂਡ ਅਨੁਰਾਗ ਭਾਜੀ ਤਾਂ ਲੈਜੈਂਡ ਨੇ ਹਨਾ ਤੇ ਸਾਨੂੰ ਹਮੇਸ਼ਾ ਮੈਨੂੰ ਔਰ ਹਰੀਸ਼ ਵੀਰੇ ਨੂੰ 2-3 ਵਾਰੀ ਆਫਰ ਹੋਈ ਹੈ ਯਾਰ ਅਨਮੋਲੇ ਦਾ ਸੈਕਿੰਡ ਪਾਰਟ ਐਂਡ ਅਸੀਂ ਹਮੇਸ਼ਾ ਨਾ ਕਰ ਦਿੰਦੇ ਕਿਉਂਕਿ ਸਾਨੂੰ ਸਮਝ ਨਹੀਂ ਸੀ ਆਉਂਦੀ ਕਿ ਅਨੁਰਾਗ ਭਾਜੀ ਤੋਂ ਬਾਅਦ ਕੋਈ ਅੱਛੀ ਫਿਲਮ ਬਣਾ ਪਾਊਗਾ ਯਾਰ ਕਿ ਨਹੀਂ ਉਸ ਉਹਨੂੰ ਜਸਟਿਸ ਦੇ ਪਾਊਗਾ ਯਾਰ ਅਨਮੋਲੇ ਦੇ ਟਾਈਟਲ ਨੂੰ ਫਿਰ ਹੈਰੀ ਪੱਟੀ ਲੱਕੀਲੀ ਹੈਰੀ ਪੱਟੀ ਭਾਜੀ ਆ ਗਏ ਮੇਰੇ ਕੋਲ ਫਿਰ ਉਹਨਾਂ ਨੇ ਜਦੋਂ ਦੱਸਿਆ ਕਿ ਇੱਦਾਂ ਬਣ ਰਹੀ ਫਿਰ ਮੈਨੂੰ ਸੀਗਾ ਕਿ ਕਿਉਂਕਿ ਮੈਂ ਹੈਰੀ ਪੱਟੀ ਭਾਜੀ ਦਾ ਕੰਮ ਦੇਖਿਆ ਸੀ ਸਰਦਾਰ ਮੁਹੰਮਦ ਹੋਵੇ ਜਾਂ ਰੱਬ ਦਾ ਰੇਡੀਓ ਹੋਵੇ ਉਹਨਾਂ ਵੈਸੇ ਵੀ ਹਰੀਸ਼ ਵਰਮਾ ਸਾਹਿਬ ਦੀ ਵੀ ਹਾਂ ਹੋ ਚੁੱਕੀ ਸੀ ਉਹਨਾਂ ਦਾ ਕੰਮ ਮੈਨੂੰ ਬੜਾ ਅੱਛਾ ਲੱਗਦਾ ਸੋ ਆਈ ਥੋਟ ਕਿ ਅੱਛੇ ਹੱਥਾਂ 'ਚ ਆਵਾਂਗੇ ਔਰ ਪਲੱਸ ਫਿਰ ਜਦੋਂ ਹੈਰੀ ਪੱਟੀ ਭਾਜੀ ਨੂੰ ਫਿਰ ਮੈਂ ਪੁੱਛਿਆ ਕਿ ਹਰੀਸ਼ ਵੀਰੇ ਨੇ ਹਾਂ ਕਰਤੀ ਐਂਡ ਹੀ ਸੈਡ ਹਾਂ ਫਿਰ ਮੈਂ ਕਿਹਾ ਚਲੋ ਠੀਕ ਹੈ ਡਨ ਹੋ ਗਈ ਸੋ ਟ੍ਰੇਲਰ ਅਸੀਂ ਵੇਖਿਆ ਟ੍ਰੇਲਰ ਦਾ ਹਰ ਸੀਨ ਇੰਨਾ ਸੋਹਣਾ ਮਤਲਬ ਟ੍ਰੇਲਰ ਵਾਸ ਸੋ ਗੁੱਡ ਤਾਂ ਇੱਦਾਂ ਨਹੀਂ ਹੋਇਆ ਟ੍ਰੇਲਰ ਬਣਾਉਂਦੇ ਹੋਏ ਕਿ ਯਾਰ ਆਹ ਵੀ ਸੀਨ ਪਾਉਣਾ ਆਹ ਵੀ ਸੀਨ ਪਾਉਣਾ ਆਹ ਵੀ ਸੀਨ ਪਾਉਣਾ ਮਤਲਬ ਮੂਵੀ ਔਨ ਦੀ ਹੋਲ ਇੰਨੀ ਅੱਛੀ ਹੋਵੇ ਤੁਹਾਨੂੰ ਪਤਾ ਨਹੀਂ ਸ਼ਾਇਦ ਇਹ ਅੰਦਰ ਦੀ ਗੱਲ ਆ ਮੈਂ ਤੁਹਾਨੂੰ ਦੱਸਦਾ ਇਹਦੇ 25-30 ਟ੍ਰੇਲਰ ਬਣੇ ਸੀਗੇ ਓਕੇ ਤੁਸੀਂ ਮੰਨੋਗੇ ਅਸੀਂ ਸਾਨੂੰ ਸਮਝ ਹੀ ਨਹੀਂ ਸੋਰੀ ਯਾਰ ਅਸੀਂ ਆਡੀਅੰਸ ਨੂੰ ਕੀ ਰੱਖੀਏ ਕੀ ਕੱਢੀਏ ਕਿੱਦਾਂ ਕਿੱਦਾਂ ਕਰੀਏ ਫਿਰ ਇਵੈਂਚੁਅਲੀ ਅਸੀਂ ਟੌਸ ਕੀਤਾ ਸੋ ਤੁਸੀਂ ਦੱਸਿਆ ਸੀਗਾ ਇੱਥੇ ਐਕਸਪਲੇਨੇਸ਼ਨ ਦੇ ਵਿੱਚ ਕਿ ਇਟਸ ਅ ਮਿਕਸਚਰ ਆਫ ਪੰਜਾਬ ਹਰਿਆਣਾ ਐਂਡ ਹਿਮਾਚਲੀ ਗਰਲ ਸੋ ਉਹ ਵਾਲਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਮਤਲਬ ਬਿਲਕੁਲ ਮਿਕਸਚਰ ਦੇ ਵਿੱਚ ਕੰਮ ਕਰਨਾ ਬਹੁਤ ਵਧੀਆ ਯਾਰ ਜਿਹੜੇ ਦੇਖੋ ਪੰਜਾਬੀ ਕਪਲਸ ਦਾ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਤਾਂ ਪ੍ਰਿੰਕਾ ਆ ਸ਼ੀ ਇਜ਼ ਫਰੋਮ ਹਰਿਆਣਾ ਜਿਹੜੀ ਹਰੀਸ਼ ਵੀਰੇ ਦਾ ਓਪੋਜ਼ਿਟ ਆ ਜਿਹੜੀ ਅਮਨ ਆ ਸ਼ੀ ਇਜ਼ ਫਰੋਮ ਹਿਮਾਚਲ ਉਹ ਮੇਰੇ ਓਪੋਜ਼ਿਟ ਆ ਅਤੇ ਪ੍ਰਭ ਵਾਲੀ ਗੁਰੀ ਦੀ ਉਹ ਪੰਜਾਬ ਬਣੀ ਆ ਕੁੜੀ ਸੋ ਉਹ ਬੜਾ ਵਧੀਆ ਸੀ ਕਿਉਂਕਿ ਮੈਨੂੰ ਇੱਕ ਤਾਂ ਜਸਲੀਨ ਦਾ ਕੰਮ ਮੈਨੂੰ ਪਰਸਨਲੀ ਬਹੁਤ ਅੱਛਾ ਲੱਗਾ ਸ਼ੀ ਇਜ਼ ਡਨ ਅ ਫੈਂਟੈਸਟਿਕ ਜੋਬ ਜਿਹੜੀ ਹਰੀਸ਼ ਵੀਰੇ ਦਾ ਓਪੋਜ਼ਿਟ ਆ ਉਹਨੇ ਆਪਣਾ ਆਪਣੇ ਆਪ ਨੂੰ ਟ੍ਰਾਂਸਫਾਰਮ ਕੀਤਾ ਉਹਨੇ ਬਾਡੀ 'ਤੇ ਵਰਕ ਕੀਤਾ ਆਪਣੇ ਪੂਰੇ ਪੂਰਾ ਕਰੈਕਟਰ ਦੇ ਵਿੱਚ ਆਉਣ ਲਈ ਵਾਲ ਕਟਾ ਤੇ ਯਾਰ ਕੁੜੀਆਂ ਲਈ ਵਾਲ ਕਟਾਉਣਾ ਤੁਹਾਨੂੰ ਪਤਾ ਹੀ ਆ ਹਨਾ ਮਤਲਬ ਮੇਰੀ ਵੋਟੀ ਇੱਥੋਂ ਹੀ ਰੋਂਦੀ ਰਹਿੰਦੀ ਮੇਰੇ ਵਾਲ ਨਹੀਂ ਵੱਧਦੇ ਮੇਰੇ ਵਾਲ ਨਹੀਂ ਵੱਧਦੇ ਇਹ ਸ਼ੈਂਪੂ ਲੈ ਕੇ ਆਉਣਾ ਉਹ ਸ਼ੈਂਪੂ ਲੈ ਕੇ ਆਉਣਾ ਬਟ ਉਹਨੇ ਕੁੜੀ ਨੇ ਵਾਲ ਤੱਕ ਕਟਾ ਕੇ ਛੋਟੇ ਛੋਟੇ ਗਰਾਤ ਤੇ ਕਿ ਨਹੀਂ ਫਿਲਮ ਲਈ ਕੁਛ ਵੀ ਸ਼ੀ ਇਜ਼ ਵੈਰੀ ਪੈਸ਼ਨੇਟ ਔਰ ਜਿਹੜੀ ਮੇਰੇ ਓਪੋਜ਼ਿਟ ਆ ਉਹ ਬੜੀ ਸਵੀਟ ਇਨੋਸੈਂਟ ਜੀ ਆ ਹਿਮਾਚਲੀ ਉਹ ਮੇਰੇ ਲਈ ਅਲੱਗ ਐਕਸਪੀਰੀਅੰਸ ਮਜ਼ਾ ਤਾਂ ਸੀ ਕਿਉਂਕਿ ਅਸੀਂ ਸਾਰਾ ਸ਼ੂਟ ਕੀਤਾ ਕਲਾਈਮੈਕਸ ਜਿਹੜਾ ਆ ਉਹ ਮਨਾਲੀ 'ਚ ਸ਼ੂਟ ਕੀਤਾ ਮੇਰਾ ਵਿਆਹ ਹੋਣਾ ਹੁੰਦਾ ਜਿੱਥੇ ਉਹ ਬੜਾ ਮਜ਼ਾ ਇਹਦਾ ਕੋਨਸੈਪਟ ਆ ਅਤੇ ਉਹ ਸੀਗਾ ਪਲੱਸ ਜਿਹੜੀ ਆਪਣਾ ਜੀ ਪ੍ਰਭ ਜੀ ਦੇ ਓਪੋਜ਼ਿਟ ਆ ਨਵਪ੍ਰੀਤ ਬੰਗਾ ਜੀ ਉਹ ਧਾਕੜ ਆ ਪੂਰੀ ਹਾਲ ਡੇਵਿਡਸਨ ਵਗੈਰਾ ਚਲਾਉਂਦੀ ਪੰਜਾਬਣ ਕੁੜੀ ਆ ਟੌਰ ਵਾਲੀ ਆ ਉਹਦਾ ਵੀ ਆਪਣਾ ਸੋਨ ਦੀ ਹੋਲ ਇਟ ਵਾਸ ਅ ਨਾਈਸ ਐਕਸਪੀਰੀਅੰਸ ਸੋ ਤੁਸੀਂ ਵੋਟੀ ਦੀ ਗੱਲ ਕੀਤੀ ਮੈਂ ਦੇਖਦੀ ਹਾਂ ਤੁਹਾਡਾ ਸੋਸ਼ਲ ਮੀਡੀਆ ਡਿਜੀਟਲ ਮਤਲਬ ਤੁਸੀਂ ਆਪਣੀ ਵਾਈਫ ਨੂੰ ਬਹੁਤ ਜ਼ਿਆਦਾ ਵਿਖਾਉਂਦੇ ਰਹਿੰਦੇ ਬਟ ਮੈਂ ਬਹੁਤ ਘੱਟ ਸਟਾਰਸ ਵੇਖਿਆ ਜਿਹੜੇ ਕਿ ਆਪਣਾ ਮੈਰੀਟਲ ਸਟੇਟਸ ਸ਼ੇਅਰ ਕਰਦੇ ਆ ਹੈ ਨਾ ਕਿ ਵੀ ਆਰ ਮੈਰਿਡ ਸੋ ਤੁਹਾਨੂੰ ਲੱਗਦਾ ਕਿ ਆਪਣਾ ਮੈਰੀਟਲ ਸਟੇਟਸ ਸ਼ੇਅਰ ਕਰਨ ਦੇ ਨਾਲ ਤੁਹਾਡੇ ਇੱਕ ਫੇਮ ਦੇ ਵਿੱਚ ਕੁਝ ਫਰਕ ਪੈਂਦਾ
ਯਾਰ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਦੇਖੋ ਸੱਚੀ ਗੱਲ ਆ ਕਿਉਂਕਿ ਨਾ ਹੀ ਮੈਂ ਕਦੀ ਸੋਚਿਆ ਇੱਦਾਂ ਜਿਹੜਾ ਬੰਦਾ ਸੋਚਦਾ ਉਹਨੂੰ ਸ਼ਾਇਦ ਫਰਕ ਪੈਂਦਾ ਹੋਊਗਾ ਕਿ ਯਾਰ ਜੇ ਮੈਂ ਆਪਣੀ ਵੋਟੀ ਨਾ ਪਾਈ ਤਾਂ ਕੋਈ ਕੁੜੀਆਂ ਮੇਰੀਆਂ ਫੈਨ ਫੋਲੋਇੰਗ ਘੱਟ ਨਾ ਜਾਵੇ ਜਾਂ ਇੱਦਾਂ ਨਾ ਹੋਵੇ ਬਟ ਜਿਹੜੇ ਤੁਹਾਡੇ ਫੈਨ ਹੁੰਦੇ ਉਹ ਸਿਰਫ ਤੁਹਾਨੂੰ ਕੁਆਰੇ ਕਰਕੇ ਨਹੀਂ ਪਸੰਦ ਕਰਕੇ ਉਹਨਾਂ ਨੇ ਤੁਹਾਡੇ ਕੰਮ ਨੂੰ ਪਿਆਰ ਕਰਦੇ ਤੁਹਾਡੀ ਇੱਕ ਤੁਹਾਡੇ 'ਚ ਚੀਜ਼ ਹੁੰਦੀ ਆ ਹੁਣ I love ਮਾਧੁਰੀ ਦੀਕਸ਼ਿਤ ਹਨਾ ਉਹ ਮੈਰਿਡ ਹੈ ਮਤਲਬ ਇਹ ਥੋੜ੍ਹੀ ਮੈਂ ਉਹਨੂੰ ਕੋਈ ਉਸ ਨਜ਼ਰੀਏ ਨਾਲ ਦੇਖਦਾ ਉਹਨਾਂ ਦਾ ਕੰਮ ਮੈਨੂੰ ਪਸੰਦ ਆ ਹਨਾ ਸੋ ਇਹ ਆ ਬਟ ਨਾਲੇ ਮੇਰੇ ਲਾਈਫ ਦਾ ਇੱਕ ਹੀ ਫੰਡਾ ਜਦ ਪਿਆਰ ਕੀਆ ਤੋ ਡਰਨਾ ਕਿਆ ਨਹੀਂ ਜੇ ਦੇਖੋ ਇੱਕ ਕੁੜੀ ਮੈਂ ਹਮੇਸ਼ਾ ਕਹਿੰਦਾ ਹਰ ਇੰਟਰਵਿਊ 'ਚ ਕਿਹਾ ਇੱਕ ਕੁੜੀ ਆਪਣਾ ਘਰ ਬਾਰ ਛੱਡ ਕੇ ਆਪਣੇ ਮਾਂ ਪਿਓ ਛੱਡ ਕੇ ਆਪਣੇ ਭੈਣ ਭਰਾ ਛੱਡ ਕੇ ਇੱਕ ਨਵੇਂ ਘਰ 'ਚ ਆਉਂਦੀ ਆ ਸਾਰਾ ਕੁਝ ਛੱਡ ਕੇ ਕੋਈ ਮੁੰਡਾ ਨਹੀਂ ਕਰ ਪਾਊਗਾ ਇਹ ਚੀਜ਼ ਹਨਾ ਉਹਨੂੰ ਕਹੋ ਤਾਂ ਮੁੰਡੇ ਨੂੰ ਚੱਲ ਸਹੁਰਿਆਂ ਦੇ ਜਾ ਰਹਿ ਕੇ ਕਿਸਦੇ ਪੇਰੈਂਟਸ ਨੂੰ ਐਕਸੈਪਟ ਕਰਨਾ ਉਹਨਾਂ 'ਚ ਤਾਂ ਈਗੋ ਅੱਛਾ ਮੈਂ ਸਹੁਰਿਆਂ ਦੇ ਘਰ ਜਵਾਈ ਨਹੀਂ ਬਟ ਕੁੜੀ ਵਿਚਾਰੀ ਸਾਰਾ ਕੁਝ ਛੱਡ ਕੇ ਆਉਂਦੀ ਆ ਫਿਰ ਜੇ ਤੁਸੀਂ ਕੁੜੀ ਨੂੰ ਇੰਨੀ ਰਿਸਪੈਕਟ ਨਹੀਂ ਦੇ ਸਕਦੇ ਕਿ ਉਹਨੂੰ ਸਾਰੀ ਦੁਨੀਆ ਦੇ ਸਾਹਮਣੇ ਐਕਸੈਪਟ ਕਰਨਾ ਫਿਰ ਵਾਟਸ ਦਾ ਪੁਆਇੰਟ ਆਫ ਬੀਇੰਗ ਇਨ ਲਵ ਜਾਂ ਵਿਆਹ ਹੀ ਨਾ ਕਰੋ ਫਿਰ ਛੱਡੇ ਰਹੋ ਇੰਜੋਏ ਕਰੋ ਹਨਾ ਸਲੂਟ ਸਲੂਟ ਇਹ ਮੰਨਣਾ ਹਰ ਇੱਕ ਦਾ ਆਪੋ ਆਪਣਾ ਰੀਜ਼ਨ ਹੋਣਾ ਆ ਮੈਂ ਕਿਸੇ ਨੂੰ ਉਹ ਨਹੀਂ ਕਹਿ ਰਿਹਾ ਕਿ ਉਹ ਗਲਤ ਕਰਦਾ ਉਹ ਨਹੀਂ ਦੱਸਦਾ ਬਟ ਮੇਰਾ ਪਰਸਨਲ ਓਪੀਨੀਅਨ ਇਹ ਆ ਜੇ ਕਿਸੇ ਨੂੰ ਪਿਆਰ ਕਰਦੇ ਆ ਫਿਰ ਦੁਨੀਆ ਤੋਂ ਕਾਹਦਾ ਡਰਨਾ ਯਾਰ ਸਲੂਟ ਸੋ ਨੋਟ ਟੇਕਿੰਗ ਮਚ ਟਾਈਮ ਯਾਰਨ ਮੂਲੇ ਤੋਂ ਤੁਹਾਡੇ ਕਰੀਅਰ ਦੀ ਇੱਕ ਸਟਾਰਟਿੰਗ ਹੋਈ ਸੀਗੀ ਸੋ ਯਾਰਨ ਮੂਲੇ ਰਿਟਰਨਸ ਤੁਸੀਂ ਲੈ ਕੇ ਆ ਰਹੇ ਹੋ ਐਂਡ ਪ੍ਰਭ ਗਿੱਲ ਦਾ ਡੈਬਿਊ ਹੈ ਸੋ ਹਾਊ ਐਕਸਾਈਟਿਡ ਯੂ ਆਰ ਤੇ ਆਡੀਅੰਸ ਨੂੰ ਕਿਆ ਕਹਿਣਾ ਚਾਹੁੰਦੇ ਯਾਰ ਆਈ ਐਮ ਵੈਰੀ 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 ਐਕਸਾਈਟਿਡ ਸੱਚੀ ਨਰਵਸ ਵੀ ਹਾਂ ਕਿਉਂਕਿ ਸਾਰੇ ਪੁੱਛ ਰਹੇ ਯਾਰਨ ਮੂਲੇ ਵਰਗੀ ਹੈਗੀ ਆ ਮੇਰੀ ਮੰਮੀ ਮੇਰੀ ਮਾਤਾ ਮੇਰਾ ਪਾਪੂ ਜੀ ਪਾਪਾ ਸਾਰੇ ਨਵਰਾਜ ਭਾਅ ਜੀ ਸਾਰੇ ਫੈਮਿਲੀ 'ਚ ਹੀ ਪੁੱਛਦੇ ਅੱਛਾ ਉਹ ਤੋਂ ਵਧੀਆ ਆ ਉੱਦਾਂ ਦੀ ਆ ਵਧੀਆ ਹੋਊਗੀ ਨਾ ਵਧੀਆ ਹੋਊਗੀ ਮੈਂ ਕਿਹਾ ਵਧੀਆ ਹੀ ਹੋਊਗੀ ਯਾਰ ਆਪਣੀ ਤਾਂ ਕੋਸ਼ਿਸ਼ ਕੀਤੀ ਆ ਲੈਟਸ ਹੋਪ ਐਕਸਾਈਟਿਡ ਹਾਂ ਪੂਰੇ ਬਾਕੀ ਤਾਂ 27 ਮਾਰਚ ਨੂੰ ਦੂਧ ਕਾ ਦੂਧ ਔਰ ਪਾਣੀ ਕਾ ਪਾਣੀ ਸੋ ਜਾਂਦੇ ਜਾਂਦੇ ਬਸ ਔਸਕਰ ਦੀਆਂ ਦੋ ਲਾਈਨਾਂ ਸੁਣਾ ਦਿਓ ਤੁਹਾਡੇ ਔਸਕਰ ਲਓ ਜੀ ਔਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗਰੇਟ ਵਈ ਦੁਨੀਆ ਦਾ ਆਪਣਾ ਜੂਬਾ ਲੱਗਦਾ ਕਾਲਜ ਦਾ ਗੇਟ ਵਈ ਮੈਸ ਵਾਲਾ ਫੂੜਿਆ ਅੰਕਲ ਜੀ ਰੂੜਿਆ ਫਿਰ ਵੀ ਯਾਰਾਂ ਦਾ ਪੋਜ਼ਿਟਿਵ ਐਟੀਟਿਊਡ ਆ ਉਹ ਦਾਰੂ ਨਾ ਪਰੌਂਠੇ ਕਾਕਾ ਵਧੀ ਜਾਂਦਾ ਆ ਮਿੱਤਰਾਂ ਦਾ ਪੇਟ ਵਈ ਔਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗਰੇਟ ਵਈ ਥੈਂਕ ਯੂ ਸੋ ਮਚ ਵੀ ਵਿਸ਼ ਯੂ ਗੁੱਡ ਲੱਕ ਤੁਹਾਡੀ ਪਿਕਚਰ ਸੁਪਰ ਡੁਪਰ ਹਿੱਟ ਜਾਵੇ ਥੈਂਕ ਯੂ ਸੋ ਮਚ